1988 ਦਾ ਸਾਲ, ਉਹ ਸਾਲ ਜਦੋਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਤਲੋ ਗਾਰਤ ਹੋਈ, ਖੂਨ ਖਰਾਬਾ ਹੋਇਆ। ਇਸ ਸਾਲ ਪੰਜਾਬ ਦੇ 3 ਚੋਟੀ ਦੇ ਫਨਕਾਰ ਇਸ ਦੁਨੀਆ ਤੋਂ ਰੁਖਸਤ ਹੋਏ। ਮਾਰਚ ਦੇ ਵਿੱਚ ਕਤਲ ਹੋਇਆ ਅਮਰ ਸਿੰਘ ਚਮਕੀਲੇ ਦਾ। ਉਸ ਤੋਂ 15 ਦਿਨ ਬਾਅਦ ਪੰਜਾਬੀ ਸਾਹਿਤ ਜਗਤ ਦਾ ਵੱਡਾ ਨਾਂ ਅਤੇ ਰੈਵੋਲਿਊਸ਼ਨਰੀ ਪੋਇਟ ਅਵਤਾਰ ਸਿੰਘ ਪਾਸ਼ ਦਾ ਕਤਲ ਹੋਇਆ। ਇਹ ਜਿਹੜੇ ਲੋਕ ਨਿਸ਼ਾਨਾ ਬਣੇ ਕਲਾ ਜਗਤ ਦੇ ਨਾਲ ਜੁੜੇ ਹੋਏ, ਉਹਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਖਾਲਿਸਤਾਨ ਕਮਾਂਡੋ ਫੋਰਸ ਨੇ ਕੁਝ ਟੀਚੇ ਮਿੱਥੇ। ਉਹਨਾਂ ਦੇ ਵੱਲੋਂ ਇੱਕ ਲਹਿਰ ਸ਼ੁਰੂ ਕੀਤੀ ਗਈ ਜਿਸ ਦਾ ਨਾਂ ਸੀ ਸਮਾਜ ਸੁਧਾਰ ਲਹਿਰ। ਉਸ ਦੀ ਜ਼ਦ ਦੇ ਵਿੱਚ ਫਿਰ ਇਹ ਲੋਕ ਆਏ। 1988 ਦੇ ਵਿੱਚ ਖਾੜਕੂ ਕਾਰਵਾਈਆਂ 'ਚ ਇੱਕੋ ਦਮ ਤੇਜ਼ੀ ਆਈ। ਉਸਦੇ ਪਿੱਛੇ ਕੁਝ ਕਾਰਨ ਵੀ ਸੀਗੇ। ਉਹ ਕਾਰਨ ਜੇ ਥੋੜ੍ਹਾ ਜਿਹਾ ਉਹਨਾਂ ਦੀ ਸਟੱਡੀ ਕਰੀਏ ਤਾਂ ਉਹਦੇ ਪਿੱਛੇ ਇੱਕ ਕਾਰਨ ਜਿਹੜਾ ਉਸ ਵਕਤ ਜਿਹਦੇ ਕਰਕੇ ਮਾਹੌਲ ਥੋੜ੍ਹਾ ਸੈਂਸਿਟਿਵ ਬਣਿਆ ਹੋਇਆ ਸੀ, ਉਹ ਸੀਗਾ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੀ ਫਾਂਸੀ ਦਾ ਵੀ ਇੱਕ ਕਾਰਨ ਸੀ। ਸਤਵੰਤ ਸਿੰਘ ਅਤੇ ਕੇਹਰ ਸਿੰਘ ਦੀ ਫਾਂਸੀ ਦਾ ਟ੍ਰਾਇਲ ਚੱਲ ਰਿਹਾ ਸੀ ਤੇਜ਼ੀ ਦੇ ਨਾਲ। ਕਿਸੇ ਵੀ ਵਕਤ ਉਹਨਾਂ ਨੂੰ ਫਾਂਸੀ ਦਾ ਐਲਾਨ ਹੋ ਸਕਦਾ ਸੀ। ਇਸ ਕਰਕੇ ਮਾਹੌਲ ਦੇ ਵਿੱਚ ਇੱਕ ਗੁੱਸਾ, ਤਣਾਅ ਅਤੇ ਜਿਹੜੀ ਸੈਂਸਿਟਿਵਿਟੀ ਹੈਗੀ ਉਹ ਬਣੀ ਹੋਈ ਸੀਗੀ। ਹੁਣ ਜੇ ਥੋੜ੍ਹਾ ਜਿਹਾ ਸੀਕੁਐਂਸ ਆਫ ਈਵੈਂਟਸ ਦੇਖੀਏ ਤਾਂ ਇਹਦੇ ਨਾਲ ਜੁੜੀਆਂ ਕਈ ਚੀਜ਼ਾਂ ਸਾਹਮਣੇ ਆਉਣਗੀਆਂ। 1 ਦਸੰਬਰ 1988 ਦਰਸ਼ਨ ਸਿੰਘ ਰਾਗੀ ਨੇ ਸੱਦਾ ਦਿੱਤਾ ਕਿ ਜੇ ਫਾਂਸੀ ਹੁੰਦੀ ਹੈ ਤਾਂ ਕੌਮ 7 ਦਿਨ ਦਾ ਕੌਮੀ ਸੋਗ ਮਨਾਵੇ, ਇਸ ਤੋਂ ਇਲਾਵਾ ਪਾਠ ਰਖਵਾਏ ਜਾਣ। ਬੰਦ ਹੈਗਾ ਜਿਹੜਾ ਪੰਜਾਬ ਬੰਦ ਦੇ ਸੱਦੇ ਇਹਨਾਂ ਘਟਨਾਵਾਂ ਨੂੰ ਦੇਖਦੇ ਹੋਏ ਲਗਾਤਾਰ ਦਿੱਤੇ ਜਾ ਰਹੇ ਸੀਗੇ। ਇਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਈਏ 2 ਦਿਨ, 29 ਨਵੰਬਰ 1988 ਨੂੰ ਲੁਧਿਆਣਾ ਦੇ ਵਿੱਚ SGPC ਮੈਂਬਰ ਹਰਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸਰਦਾਰ ਤਲਵੰਡੀ ਮੁਸ਼ਕਿਲ ਦੇ ਨਾਲ ਜਾਨ ਬਚਾ ਕੇ ਨਿਕਲੇ, ਖੁਸ਼ਕਿਸਮਤ ਸੀ ਕਿ ਜਾਨ ਬਚ ਗਈ। ਇਸ ਤੋਂ 1 ਹਫ਼ਤਾ ਬਾਅਦ 6 ਦਸੰਬਰ 1988 ਅਕਾਲੀ ਸਿਆਸਤ ਦਾ ਵੱਡਾ ਨਾਂ ਅਤੇ ਸਾਬਕਾ ਮੰਤਰੀ ਜਥੇਦਾਰ ਦਲੀਪ ਸਿੰਘ ਤਲਵੰਡੀ ਦੇ ਘਰ 'ਤੇ ਹਮਲਾ ਹੋਇਆ, ਗੋਲੀਆਂ ਚੱਲੀਆਂ। ਜਥੇਦਾਰ ਦਲੀਪ ਸਿੰਘ ਤਲਵੰਡੀ ਅਕਾਲੀ ਸਿਆਸਤ ਦਾ ਵੱਡਾ ਨਾਂ ਸੀ, ਸਾਬਕਾ ਮੰਤਰੀ ਸੀ, ਲੰਬਾ ਸਮਾਂ SGPC ਦੇ ਮੈਂਬਰ ਰਹੇ, ਅੰਤਰਿਮ ਕਮੇਟੀ ਦੇ ਮੈਂਬਰ ਰਹੇ। ਜਥੇਦਾਰ ਦਲੀਪ ਸਿੰਘ ਤਲਵੰਡੀ 1977 ਦੇ ਵਿੱਚ ਜਦੋਂ ਐਮਰਜੈਂਸੀ ਤੋਂ ਬਾਅਦ ਇਲੈਕਸ਼ਨ ਹੋਏ ਤਾਂ ਜਗਰਾਓਂ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਅਕਾਲੀ ਦਲ ਦੀ ਟਿਕਟ 'ਤੇ। ਕਾਂਗਰਸ ਦੇ ਜਗਰੂਪ ਸਿੰਘ ਨੂੰ 156 ਵੋਟਾਂ ਦੇ ਨਾਲ ਹਰਾਇਆ। ਸਰਕਾਰ ਹੈਗੀ ਜਿਹੜੀ ਉਹ ਬਣੀ ਅਕਾਲੀ ਦਲ ਦੀ ਜਨਤਾ ਪਾਰਟੀ ਦੇ ਸਹਿਯੋਗ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, 15 ਮੈਂਬਰੀ ਜਿਹੜਾ ਮੰਤਰੀ ਮੰਡਲ ਸੀਗਾ ਨਾਲ, ਉਹਨੇ ਵੀ ਸਹੁੰ ਚੁੱਕੀ, ਜਿਹਦੇ 'ਚ 2 ਮਿਨਿਸਟਰ ਆਫ ਸਟੇਟ ਜਾਂ ਰਾਜ ਮੰਤਰੀ ਬਣਾਏ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਨਾਂ ਸੀ ਜਥੇਦਾਰ ਦਲੀਪ ਸਿੰਘ ਤਲਵੰਡੀ ਦਾ, ਜਿਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ, ਵਿਭਾਗ ਮਿਲਿਆ ਪਸ਼ੂ ਪਾਲਣ ਦਾ। ਦੂਜੇ ਜਿਹੜੇ ਮਿਨਿਸਟਰ ਆਫ ਸਟੇਟ ਬਣਾਏ ਗਏ ਸੀ ਇਸ ਪਲਾਨ ਦੇ ਵਿੱਚ, ਉਹ ਸੀਗੇ ਸੁਖਦੇਵ ਸਿੰਘ ਢੀਂਡਸਾ। ਹੁਣ ਉਸ ਦਿਨ ਦੀ ਜੇ ਗੱਲ ਕਰੀਏ, ਦਸੰਬਰ 1988, ਜਥੇਦਾਰ ਦਲੀਪ ਸਿੰਘ ਤਲਵੰਡੀ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਸੀ, ਵਿਆਹ ਵਰਗਾ ਮਾਹੌਲ ਸੀ, ਬਹੁਤ ਸਾਰੇ ਲੋਕ ਹੈਗੇ ਜਿਹੜੇ ਉਹਨਾਂ ਦੇ ਘਰ ਮੌਜੂਦ ਸੀ। ਉਸੇ ਵਕਤ ਹਮਲਾ ਹੋਇਆ, ਰਾਤ ਨੂੰ ਕਰੀਬ 8:30 ਵਜੇ ਗੋਲੀਆਂ ਚੱਲੀਆਂ ਉਹਨਾਂ ਦੇ ਘਰ। ਪਹਿਲਾਂ ਲੋਕਾਂ ਨੂੰ ਪਤਾ ਨਹੀਂ ਲੱਗਿਆ, ਪਰ ਜਦੋਂ ਇੱਕ ਔਰਤ ਦੇ ਲਗਾਤਾਰ ਚੀਕਾਂ ਮਾਰਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੂੰ ਸਮਝ ਆਇਆ ਕਿ ਗੋਲੀ ਚੱਲ ਗਈ ਹੈ। ਤੁਰੰਤ ਸਥਿਤੀ ਨੂੰ ਸਾਂਭਿਆ ਗਿਆ, ਜਾ ਕੇ ਦੇਖਿਆ ਤਾਂ 3 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਤੁਰੰਤ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਕਹਾਣੀ ਹੈ ਉਸ ਸ਼ਖਸ ਦੀ ਜਿਸ ਨੇ ਆਪਣੇ 12 ਕੁ ਸਾਲ ਦੇ ਸਫ਼ਰ ਦੇ ਵਿੱਚ ਪੰਜਾਬ ਦੇ ਸਿਨੇਮਾ ਜਗਤ ਦਾ ਕਾਇਆਕਲਪ ਕੀਤਾ। ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਸਾਲ 1944 ਮਹੀਨਾ ਅਗਸਤ ਤਰੀਕ 16 ਫਗਵਾੜਾ ਦੇ ਸਰਾਫਾ ਬਾਜ਼ਾਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ। ਇਹ ਕਿਲਕਾਰੀਆਂ ਗੂੰਜੀਆਂ ਹਕੀਮ ਗੁਰਦਾਸ ਰਾਮ ਆਰੀਆ ਦੇ ਘਰ। ਦਰਅਸਲ ਹਕੀਮ ਗੁਰਦਾਸ ਰਾਮ ਆਰੀਆ ਅਤੇ ਉਹਨਾਂ ਦੀ ਪਤਨੀ ਵੇਦਵਤੀ ਦੇ ਘਰ 5ਵੀਂ ਔਲਾਦ ਦਾ ਜਨਮ ਹੋਇਆ। ਗੁਰਦਾਸ ਰਾਮ ਆਰੀਆ ਅਤੇ ਵੇਦਵਤੀ ਦੇ ਪਹਿਲਾਂ 3 ਧੀਆਂ ਅਤੇ 1 ਪੁੱਤਰ ਸੀ ਅਤੇ 5ਵੀਂ ਔਲਾਦ ਦੇ ਰੂਪ 'ਚ 1 ਹੋਰ ਪੁੱਤਰ ਦਾ ਜਨਮ ਹੋਇਆ। ਹਕੀਮ ਗੁਰਦਾਸ ਰਾਮ ਆਰੀਆ ਨੇ ਆਪਣੇ ਪੁੱਤਰ ਦਾ ਨਾਮ ਰੱਖਿਆ ਸੁਭਾਸ਼ ਡਡਵਾਲ, ਪਿਆਰ ਦੇ ਨਾਲ ਸਭ ਦਾ ਬਾਸ਼ੀ। ਹਕੀਮ ਗੁਰਦਾਸ ਰਾਮ ਆਰੀਆ ਮੁਤਬਰ ਲੋਕਾਂ ਦੇ ਵਿੱਚੋਂ ਇੱਕ ਸੀ। ਆਰੀਆ ਸਮਾਜ ਦੇ ਸਰਗਰਮ ਮੈਂਬਰ ਸੀ, ਜਿਨ੍ਹਾਂ ਨੇ ਸਮਾਜ ਸੇਵਾ ਦੇ ਕੰਮਾਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ, ਜਿਨ੍ਹਾਂ ਨੇ ਫਗਵਾੜਾ ਦੇ ਵਿੱਚ ਆਰੀਆ ਸਕੂਲ ਦੀ ਸਥਾਪਨਾ ਕੀਤੀ। ਹਕੀਮ ਗੁਰਦਾਸ ਰਾਮ ਆਰੀਆ ਦੇ ਸਹੁਰੇ ਸਾਹਨੇਵਾਲ ਸੀ, ਉਹਨਾਂ ਦੇ ਸਾਲੇ ਕੇਵਲ ਕ੍ਰਿਸ਼ਨ ਸਿੰਘ ਸਕੂਲ ਅਧਿਆਪਕ ਸੀ, ਸਰਕਾਰੀ ਅਧਿਆਪਕ ਸੀ ਅਤੇ ਹੈੱਡਮਾਸਟਰ ਦੇ ਤੌਰ 'ਤੇ ਤੈਨਾਤ ਸੀ। ਕੇਵਲ ਕ੍ਰਿਸ਼ਨ ਸਿੰਘ ਦੇ ਵੀ 2 ਪੁੱਤਰ ਸੀ, ਧਰਮਾ ਅਤੇ ਜੀਤਾ। ਅਤੇ ਇੱਧਰੋਂ ਜਿਹੜੇ ਹਕੀਮ ਗੁਰਦਾਸ ਰਾਮ ਆਰੀਆ ਸੀ ਉਹਨਾਂ ਦੇ ਵੀ 2 ਪੁੱਤਰ, ਵੱਡੇ ਪੁੱਤਰ ਦਾ ਨਾਂ ਸਤਪਾਲ ਅਤੇ ਨਿੱਕੇ ਦਾ ਨਾਮ ਰੱਖਿਆ ਗਿਆ ਬਾਸ਼ੀ। ਇਹ ਸਾਰੇ ਜਿਹੜੇ ਮੁੰਡੇ ਸੀਗੇ ਇਕੱਠੇ ਹੀ ਖੇਡ ਕੇ ਵੱਡੇ ਹੋਣ ਲੱਗੇ, ਇਕੱਠੇ ਹੀ ਖੇਡ ਕੇ ਜਵਾਨ ਹੋਣ ਲੱਗੇ। ਇਹਨਾਂ ਦੇ ਵਿੱਚੋਂ ਜਿਹੜੇ 3 ਸੀਗੇ, ਧਰਮਾ, ਜੀਤਾ ਅਤੇ ਬਾਸ਼ੀ, ਉਹਨਾਂ ਨੇ ਕਲਾ ਜਗਤ ਦੇ ਵਿੱਚ ਆਪਣਾ ਲੋਹਾ ਮਨਵਾਇਆ, ਇਤਿਹਾਸ ਨਵਾਂ ਲਿਖਿਆ, ਨਾ ਸਿਰਫ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਚਮਕਾਇਆ, ਬਲਕਿ ਪੰਜਾਬ ਅਤੇ ਪੰਜਾਬੀਅਤ ਨੂੰ ਵੀ ਦੂਰ ਦੁਰਾਡੇ ਤੱਕ ਲੈ ਕੇ ਗਏ। ਪੂਰੀ ਦੁਨੀਆ ਦੇ ਵਿੱਚ ਝੰਡਾ ਬੁਲੰਦ ਕੀਤਾ ਪੰਜਾਬ ਦਾ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦਾ। ਇਹ ਆਪਸ ਦੇ ਵਿੱਚ ਮਾਮੇ ਭੂਆ ਦੇ ਮੁੰਡੇ ਸੀਗੇ ਸਾਰੇ। ਸਭ ਤੋਂ ਵੱਡਾ ਜਿਹੜਾ ਇਹਨਾਂ ਦੇ ਵਿੱਚੋਂ ਸੀ ਧਰਮਾ, ਉਹ 1960 ਦੇ ਦਹਾਕੇ 'ਚ ਬਾਲੀਵੁੱਡ ਪਹੁੰਚਿਆ, ਬੰਬੇ ਪਹੁੰਚਿਆ ਅਤੇ ਉੱਥੇ ਜਾ ਕੇ ਪੰਜਾਬ ਦਾ ਨਾਂ ਹੈ ਜਿਹੜਾ ਉਹ ਰੌਸ਼ਨ ਕੀਤਾ, ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ, ਮਸ਼ਹੂਰ ਹੋਇਆ ਧਰਮਿੰਦਰ ਦੇ ਨਾਮ ਨਾਲ। ਉਸ ਤੋਂ ਛੋਟਾ ਜਿਹੜਾ ਜੀਤਾ ਸੀਗਾ ਉਹ ਵੀ ਉਸੇ ਨਕਸ਼ੇ ਕਦਮ 'ਤੇ ਚੱਲਦਾ ਹੋਇਆ ਉਹ ਵੀ ਬੰਬੇ ਪਹੁੰਚਿਆ। ਹਾਲਾਂਕਿ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ, ਪਰ ਉਸਨੇ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ। ਉਹ ਕੰਵਰ ਅਜੀਤ ਸਿੰਘ ਜਾਂ ਅਜੀਤ ਸਿੰਘ ਦਿਓਲ ਦੇ ਨਾਮ ਨਾਲ ਮਸ਼ਹੂਰ ਹੋਇਆ। ਹੁਣ ਇਹਨਾਂ ਦੋਵਾਂ ਦੀ ਭੂਆ ਦਾ ਮੁੰਡਾ ਜਿਹੜਾ ਸੀਗਾ ਬਾਸ਼ੀ, ਉਹ ਵੀ ਆਪਣੇ ਮਾਮੇ ਦੇ ਮੁੰਡਿਆਂ ਦੇ ਵੱਲੋਂ ਪਾਈਆਂ ਹੋਈਆਂ ਜਿਹੜੀਆਂ ਪੈੜਾਂ ਸੀਗੀਆਂ ਉਹਨਾਂ ਹੀ ਪੈੜਾਂ 'ਤੇ ਤੁਰਦਾ ਹੋਇਆ ਉਸੇ ਰਾਹ 'ਤੇ ਚੱਲਿਆ ਅਤੇ ਉਸਨੇ ਪੰਜਾਬੀ ਸਿਨੇਮਾ ਦਾ ਕਾਇਆਕਲਪ ਕੀਤਾ। ਨਾਂ ਮਸ਼ਹੂਰ ਹੋਇਆ ਵਰਿੰਦਰ। ਹੁਣ ਇਹਨਾਂ ਦਾ ਜਿਹੜਾ ਬਚਪਨ ਹੈ, ਵਰਿੰਦਰ ਦੀ ਜੇ ਗੱਲ ਕਰੀਏ ਜਾਂ ਸੁਭਾਸ਼ ਡਡਵਾਲ ਹੈ ਜਿਹੜਾ, ਉਹਦੀ ਜਿਹੜੀ ਮੁੱਢਲੀ ਪੜ੍ਹਾਈ ਹੈਗੀ ਉਹ ਆਰੀਆ ਸਕੂਲ ਜਿਹੜਾ ਇਹਨਾਂ ਦੇ ਪਿਤਾ ਦੇ ਵੱਲੋਂ ਸਥਾਪਿਤ ਕੀਤਾ ਗਿਆ ਸੀ, ਉਸੇ ਸਕੂਲ ਤੋਂ, ਆਰੀਆ ਸਕੂਲ ਤੋਂ ਹੀ ਮੁੱਢਲੀ ਪੜ੍ਹਾਈ ਇਹਨਾਂ ਨੇ ਮੁਕੰਮਲ ਕੀਤੀ। ਉਸ ਤੋਂ ਬਾਅਦ ਰਾਮਗੜੀਆ ਕਾਲਜ ਫਗਵਾੜਾ ਤੋਂ ਜਿਹੜੀ ਅੱਗੇ ਦੀ ਐਜੂਕੇਸ਼ਨ ਹੈ ਉਹ ਹਾਸਲ ਕੀਤੀ। ਰਾਮਗੜੀਆ ਕਾਲਜ ਫਗਵਾੜਾ ਤੋਂ ਹੀ ਪੜ੍ਹੇ ਹੋਏ ਹੈਗੇ ਧਰਮਿੰਦਰ। ਜਦੋਂ ਭਾਸ਼ੀ ਦੀ ਉਮਰ ਸਿਰਫ 15 ਸਾਲ ਸੀ ਉਦੋਂ ਭਾਸ਼ੀ ਦੇ ਪਿਤਾ ਨੇ ਜਿਹੜੇ ਗੁਰਦਾਸ ਰਾਮ ਆਰੀਆ, ਉਹਨਾਂ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਗਿਆ, ਪਿਤਾ ਚੱਲ ਵਸੇ। ਉਸ ਤੋਂ ਬਾਅਦ ਆਪਣੀ ਪਰਿਵਾਰ ਨੂੰ ਸਪੋਰਟ ਕਰਨ ਦੇ ਲਈ ਆਰਥਿਕ ਤੌਰ 'ਤੇ ਭਾਸ਼ੀ ਨੇ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੋਏ ਹੀ ਨੌਕਰੀ ਕਰ ਲਈ ਅਤੇ JCT ਮਿਲਸ ਦੇ ਵਿੱਚ
ਉਹ ਨੌਕਰੀ ਕਰਨ ਲੱਗੇ। ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਬਾਸ਼ੀ ਹੈਗੇ ਜਿਹੜੇ ਉਹ ਸਪੇਅਰ ਪਾਰਟਸ ਦਾ ਕੰਮ ਕਰਨ ਲੱਗੇ ਅਤੇ ਐਕਸਲ ਵੇਚਣ ਲੱਗੇ। 1965 ਆਉਂਦੇ ਆਉਂਦੇ ਬਾਸ਼ੀ ਦਾ ਵਿਆਹ ਕਰਨ ਦਾ ਫੈਸਲਾ ਹੋਇਆ ਅਤੇ ਕਪੂਰਥਲਾ ਜ਼ਿਲ੍ਹੇ ਦੇ ਮਾਲਾਂ ਦੀ ਪੰਮੀ ਦੇ ਨਾਲ ਉਹਨਾਂ ਦਾ 3 ਮਈ 1965 ਨੂੰ ਵਿਆਹ ਕਰ ਦਿੱਤਾ ਗਿਆ। ਹੁਣ ਇਹ ਵੀ ਬੜਾ ਸੰਯੋਗ ਹੈ ਕਿ ਜਿਹੜੇ ਭਾਸ਼ੀ ਸੀਗੇ ਸੁਭਾਸ਼ ਜਡਵਾਲ ਅਤੇ ਉਹਨਾਂ ਦੇ ਮਾਮੇ ਦੇ ਮੁੰਡੇ ਅਜੀਤ ਸਿੰਘ ਦਿਓਲ, ਇਹਨਾਂ ਦਾ ਵਿਆਹ ਇੱਕੋ ਦਿਨ ਇੱਕੋ ਘਰੇ ਹੋਇਆ। 1965 ਦੇ ਵਿੱਚ 3 ਮਈ ਨੂੰ ਅਜੀਤ ਸਿੰਘ ਅਤੇ ਜਿਹੜੇ ਸੁਭਾਸ਼ ਜਡਵਾਲ ਨੇ ਉਹਨਾਂ ਦਾ ਵਿਆਹ ਦੋ ਭੈਣਾਂ ਦੇ ਨਾਲ ਹੋਇਆ। ਅਜੀਤ ਸਿੰਘ ਦਾ ਵਿਆਹ ਹੋਇਆ ਊਸ਼ਾ ਦੇ ਨਾਲ ਅਤੇ ਸੁਭਾਸ਼ ਡਡਵਾਲ ਸੀ ਜਿਹੜੇ ਉਹਨਾਂ ਦੀ ਪਤਨੀ ਦਾ ਨਾਮ ਸੀ ਪਰਮਿੰਦਰ ਕੌਰ ਪੰਮੀ। ਸੋ ਇਹ ਆਪਸ ਦੇ ਵਿੱਚ ਮਾਮੇ ਭੂਆ ਦੇ ਮੁੰਡੇ ਹੋਣ ਦੇ ਨਾਲ ਨਾਲ ਸਾਂਡੂ ਵੀ ਬਣੇ। ਉੱਧਰੋਂ ਜਿਹੜਾ ਉਹਨਾਂ ਦਾ ਮਾਮੇ ਦਾ ਵੱਡਾ ਮੁੰਡਾ ਸੀ ਧਰਮਾ ਧਰਮ ਸਿੰਘ, ਉਹ ਇੱਕ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਂਦਾ ਹੋਇਆ ਬੰਬੇ ਪਹੁੰਚ ਗਿਆ। ਬੰਬੇ ਜਾ ਕੇ ਹੱਥ ਅਜ਼ਮਾਇਆ ਅਤੇ ਫਿਲਮਾਂ 'ਚ ਕੰਮ ਮਿਲ ਗਿਆ। ਹੌਲੀ ਹੌਲੀ ਜਿਹੜਾ ਆਪਣਾ ਨਾਮ ਹੈ ਉਹ ਫਿਲਮਾਂ 'ਚ ਬਣਾਉਣਾ ਸ਼ੁਰੂ ਕਰਤਾ। 1970 ਦਾ ਦਹਾਕਾ ਧਰਮਿੰਦਰ ਦਾ ਦਹਾਕਾ ਸੀ। ਉਸ ਤੋਂ ਬਾਅਦ ਧਰਮਿੰਦਰ ਨੇ ਆਪਣੇ ਜਿਹੜੇ ਛੋਟੇ ਭਰਾ ਸੀ ਅਜੀਤ ਸਿੰਘ, ਕਮਰ ਅਜੀਤ ਸਿੰਘ ਜਜੀਤਾ, ਉਹਨਾਂ ਨੂੰ ਵੀ ਬੰਬੇ ਸੱਦ ਲਿਆ ਅਤੇ ਉਹ ਵੀ ਫਿਲਮਾਂ 'ਚ ਹੀ ਕੰਮ ਕਰਨ ਲੱਗੇ। ਅਤੇ ਹਾਲਾਂਕਿ ਉਹਨਾਂ ਨੂੰ ਧਰਮਿੰਦਰ ਵਰਗੀ ਜਿਹੜੀ ਸਫਲਤਾ ਉਹ ਨਹੀਂ ਮਿਲੀ, ਪਰ ਉਹਨਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ, ਆਪਣੀ ਮੌਜੂਦਗੀ ਹੈ ਜਿਹੜੀ ਉਹ ਦਰਜ ਕਰਾਈ ਅਤੇ ਉੱਥੇ ਹੀ ਸੈਟਲ ਹੋ ਗਏ। ਹੁਣ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਇਹਨਾਂ ਦੇ ਜਿਹੜੀ ਭੂਆ ਦਾ ਛੋਟਾ ਮੁੰਡਾ ਸੀ ਸੁਭਾਸ਼ ਡਡਵਾਲ ਜਾਂ ਬਾਸ਼ੀ, ਉਹ ਵੀ ਇੱਕ ਦਿਨ ਆਪਣੇ ਮਾਮੇ ਦੇ ਮੁੰਡੇ ਧਰਮਿੰਦਰ ਦੇ ਕੋਲ ਜਾਂ ਧਰਮੇ ਦੇ ਕੋਲ ਧਰਮ ਸਿੰਘ ਦੇ ਕੋਲ ਪਹੁੰਚੇ ਬੰਬੇ। ਅਤੇ ਇਹਨਾਂ ਨੇ ਵੀ ਕਿਹਾ ਕਿ ਮੈਂ ਵੀ ਫਿਲਮਾਂ 'ਚ ਕੰਮ ਕਰਨਾ। ਕੁਛ ਹੱਥ ਪੈਰ ਮਾਰਨ ਤੋਂ ਬਾਅਦ ਧਰਮਿੰਦਰ ਨੇ ਇਹਨਾਂ ਦੀ ਮਦਦ ਕੀਤੀ ਅਤੇ ਸੁਭਾਸ਼ ਡਡਵਾਲ ਨੂੰ ਪਹਿਲੀ ਹਿੰਦੀ ਫਿਲਮ ਮਿਲੀ ਇਨਸਾਨ ਔਰ ਇਨਸਾਨ। ਇਹ 1972 ਦੇ ਵਿੱਚ ਇਹ ਫਿਲਮ ਸਾਹਮਣੇ ਆਈ, ਰਿਲੀਜ਼ ਹੋਈ। ਇਸ ਫਿਲਮ ਦੇ ਵਿੱਚ ਅਨਵਰ ਹੁਸੈਨ ਅਤੇ ਅੰਜਨਾ ਮੁਮਤਾਜ਼ ਮੁੱਖ ਭੂਮਿਕਾਵਾਂ ਦੇ ਵਿੱਚ ਸੀ। ਇੱਕ ਛੋਟਾ ਜਿਹਾ ਰੋਲ ਹੈਗਾ ਜਿਹੜਾ ਉਹ ਸੁਭਾਸ਼ ਡਡਵਾਲ ਦਾ ਵੀ ਸੀ। ਇਸ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਹੈ ਜਿਹੜਾ ਉਹ ਆਇਆ ਜਦੋਂ ਇੰਦਰਜੀਤ ਹਸਨਪੁਰੀ ਨੇ ਆਪਣੀ ਇੱਕ ਪੰਜਾਬੀ ਫਿਲਮ ਅਨਾਊਂਸ ਕੀਤੀ। ਫਿਲਮ ਦਾ ਨਾਮ ਸੀ ਤੇਰੀ ਮੇਰੀ ਇੱਕ ਜਿੰਦੜੀ। ਇਸ ਫਿਲਮ ਦੇ ਵਿੱਚ ਸੁਭਾਸ਼ ਡਡਵਾਲ ਜੋ ਹੁਣ ਵਰਿੰਦਰ ਬਣ ਚੁੱਕੇ ਸੀ ਉਹਨਾਂ ਨੂੰ ਲੀਡ ਰੋਲ ਦੇ ਲਈ ਸਾਈਨ ਕੀਤਾ ਗਿਆ ਮੀਨਾ ਰਾਏ ਦੇ ਓਪੋਜ਼ਿਟ। ਧਰਮਿੰਦਰ ਇਸ ਫਿਲਮ ਦੇ ਵਿੱਚ ਸਪੈਸ਼ਲ ਅਪੀਅਰੈਂਸ ਦੇ ਵਿੱਚ ਸੀ। ਇਸ ਫਿਲਮ ਦੇ ਵਿੱਚ ਕਾਮੇਡੀਅਨ ਦੇ ਤੌਰ 'ਤੇ ਸੀ ਜੌਨੀ ਵਾਕਰ ਅਤੇ ਮਹਿਮੂਦ ਜੂਨੀਅਰ। ਇਹ ਫਿਲਮ ਪੰਜਾਬੀ ਸਿਨੇਮਾ ਦੇ ਵਿੱਚ ਵਰਿੰਦਰ ਦੀ ਡੈਬਿਊ ਫਿਲਮ ਬਣੀ। ਉਸ ਤੋਂ ਅਗਲੇ 12 ਸਾਲ ਦਾ ਕਰੀਅਰ, ਛੋਟਾ ਜਿਹਾ ਕਰੀਅਰ, ਪਰ 12 ਸਾਲ ਦੇ ਕਰੀਅਰ 'ਚ 25 ਫਿਲਮਾਂ ਵਰਿੰਦਰ ਨੇ ਐਕਟਰ, ਡਾਇਰੈਕਟਰ ਔਰ ਪ੍ਰੋਡਿਊਸਰ ਦੇ ਤੌਰ 'ਤੇ ਦਿੱਤੀਆਂ, ਔਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਸੁਪਰ ਹਿੱਟ ਜਾਂ ਸਿਲਵਰ ਜੁਬਲੀ ਫਿਲਮਾਂ ਪ੍ਰੂਵ ਹੋਈਆਂ, ਸਾਬਿਤ ਹੋਈਆਂ। ਜੇ ਵੱਡੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਬਟਵਾਰਾ, ਸਰਪੰਚ, ਲੰਬੜਦਾਰਨੀ, ਬਲਬੀਰੋ ਭਾਬੀ, ਇਹ ਉਸ ਤਰ੍ਹਾਂ ਦੀਆਂ ਫਿਲਮਾਂ ਸੀ ਜਿਹੜੀਆਂ ਉਹਨਾਂ ਦੀਆਂ ਕਲਟ ਕਲਾਸਿਕ ਫਿਲਮਾਂ ਬਣੀਆਂ ਜਿਨ੍ਹਾਂ ਦਾ ਜ਼ਿਕਰ ਅੱਜ ਵੀ ਕੀਤਾ ਜਾਂਦਾ ਹੈ। 1980 ਆਉਂਦੇ ਆਉਂਦੇ ਵਰਿੰਦਰ ਪੰਜਾਬੀ ਫਿਲਮਾਂ ਦਾ ਅਜਿਹਾ ਚੱਕਰਵਰਤੀ ਸਮਰਾਟ ਬਣ ਗਿਆ ਜਿਸ ਦੇ ਨੇੜੇ ਤੇੜੇ ਕੋਈ ਨਹੀਂ ਸੀ। ਵਰਿੰਦਰ ਦੇ ਲੋਕ ਦੀਵਾਨੇ ਹੋ ਗਏ, ਵਰਿੰਦਰ ਦੀਆਂ ਫਿਲਮਾਂ ਦੇ ਦੀਵਾਨੇ ਹੋ ਗਏ। ਵਰਿੰਦਰ ਨੇ ਬਹੁਤ ਸਾਰੇ ਲੋਕ ਪੰਜਾਬੀ ਸਿਨੇਮਾ 'ਚ ਉਹਨਾਂ ਦਿਨਾਂ 'ਚ ਇੰਟਰੋਡਿਊਸ ਕੀਤੇ, ਜਿਨ੍ਹਾਂ ਦੇ ਵਿੱਚ ਪ੍ਰੀਤੀ ਸਪਰੂ,
ਮਨਪ੍ਰੀਤ ਕੌਰ। ਦਸੰਬਰ 1988 ਵਰਿੰਦਰ ਆਪਣੀ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਕਰ ਰਹੀ ਸੀ ਪਿੰਡ ਤਲਵੰਡੀ ਕਲਾਂ ਦੇ ਵਿੱਚ। ਫਿਲਮ ਦਾ ਸ਼ੂਟ ਆਲਮੋਸਟ ਮੁਕੰਮਲ ਹੋ ਚੁੱਕਾ ਸੀ। ਇਸ ਫਿਲਮ ਦੇ ਵਿੱਚ ਬਹੁਤ ਸਾਰੇ ਜਿਹੜੇ ਐਕਟਰਸ ਹੈ ਉਹ ਵਰਿੰਦਰ ਨੇ ਲਏ ਸੀ, ਜਿਨ੍ਹਾਂ ਦੇ ਵਿੱਚ ਗੱਗੂ ਗਿੱਲ, ਯੋਗਰਾਜ ਸਿੰਘ, ਸੁਖਜਿੰਦਰ ਸ਼ੇਰਾ ਵਰਗੇ ਕਲਾਕਾਰ ਵੀ ਸੀਗੇ। ਫਿਲਮ ਮੁਕੰਮਲ ਹੋ ਗਈ ਸੀ, ਸਿਰਫ ਪ੍ਰਮੋਸ਼ਨਲ ਗਾਣਾ ਹੈ ਜਿਹੜਾ ਉਹ ਵਰਿੰਦਰ ਸ਼ੂਟ ਕਰ ਰਹੇ ਸੀਗੇ। ਇਹ ਗਾਣਾ ਸ਼ੂਟ ਹੋ ਰਿਹਾ ਸੀਗਾ ਮਨਪ੍ਰੀਤ ਕੌਰ ਜਿਹੜੀ ਉਹਨਾਂ ਦੇ ਕੋ ਐਕਟਰ ਸੀਗੀ ਅਤੇ ਵਰਿੰਦਰ ਤੇ। ਮਨਪ੍ਰੀਤ ਕੌਰ ਦੀ ਇਹ ਡੈਬਿਊ ਫਿਲਮ ਸੀ। ਮਨਪ੍ਰੀਤ ਕੌਰ ਦਾ ਅਸਲ ਨਾਂ ਸੀ ਵਿਜਿਆ ਬੰਸਲ ਅਤੇ ਇਹ ਇੱਕ ਹੋਰ ਐਕਟਰ ਬਲਵੰਤ ਬੰਸਲ ਜਿਹੜੇ ਕਰੈਕਟਰ ਆਰਟਿਸਟ ਸੀਗੇ ਬਲਵੰਤ ਬੰਸਲ, ਉਹਨਾਂ ਦੀ ਕੁੜੀ ਸੀਗੀ, ਉਹਨਾਂ ਦੀ ਧੀ ਸੀ ਵਿਜਿਆ ਬੰਸਲ, ਜਿਹਨੂੰ ਪਹਿਲੀ ਵਾਰੀ ਸਕਰੀਨ 'ਤੇ ਲਾਂਚ ਕਰਨ ਜਾ ਰਹੇ ਸੀ, ਇੰਟਰੋਡਿਊਸ ਕਰਨ ਜਾ ਰਹੇ ਸੀ ਵਰਿੰਦਰ, ਅਤੇ ਉਹਨੂੰ ਪਰਦੇ 'ਤੇ ਨਾਮ ਦਿੱਤਾ ਗਿਆ ਸੀ ਮਨਪ੍ਰੀਤ ਕੌਰ। ਰਾਤ ਦੇ ਕਰੀਬ 8 ਵਜੇ ਦਾ ਟਾਈਮ ਸੀ, ਤਲਵੰਡੀ ਕਲਾਂ ਸਵੱਦੀ ਦੇ ਵਿੱਚ ਇਹ ਗਾਣਾ ਸ਼ੂਟ ਹੋ ਰਿਹਾ ਸੀਗਾ। ਇਸ ਗਾਣੇ ਦਾ ਅਜੇ ਪਹਿਲਾ ਪਹਿਰਾ ਹੀ ਮੁਕੰਮਲ ਹੋਇਆ ਸੀ, ਜਾਂ ਪਹਿਲਾ ਸ਼ਾਟ ਹੈਗਾ ਜਿਹੜਾ ਉਹ ਹੀ ਮੁਕੰਮਲ ਹੋਇਆ ਸੀਗਾ। ਇਹ ਸ਼ਾਟ ਦੇਣ ਤੋਂ ਬਾਅਦ ਵਰਿੰਦਰ ਅਤੇ ਮਨਪ੍ਰੀਤ ਕੌਰ ਪਹੁੰਚੇ ਕੈਮਰਾਮੈਨ ਦੇ ਕੋਲ, ਅਤੇ ਇਹ ਜਾ ਕੇ ਇਹ ਦੇਖ ਰਹੇ ਸੀ ਕਿ ਜਿਹੜਾ ਟੇਕ ਹੈ ਉਹ ਕਿਵੇਂ ਦਾ ਆਇਆ ਹੈਗਾ, ਦੁਬਾਰਾ ਲੋੜ ਹੈ ਇਹਨੂੰ ਰਿਪੀਟ ਕਰਨ ਦੀ, ਰੀਟੇਕ ਕਰਨ ਦੀ ਜਾਂ ਨਹੀਂ ਹੈ। ਲਾਈਟਾਂ ਬੰਦ ਕਰਤੀਆਂ ਗਈਆਂ ਸੀ। ਉਸੇ ਦੌਰਾਨ ਭੀੜ ਦੇ ਵਿੱਚੋਂ 3 ਲੋਕ ਨੇ ਜਿਹੜੇ ਉਹ ਬਾਹਰ ਨਿਕਲੇ, ਲੋਹੇ ਦੀਆਂ ਉਹਨਾਂ ਨੇ ਬੁੱਕਲਾਂ ਮਾਰੀਆਂ ਹੋਈਆਂ ਸੀ ਉਹ ਹਟਾਈਆਂ ਅਤੇ ਤਾੜ ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਲੋਕਾਂ ਨੂੰ ਸਮਝ ਨਹੀਂ ਆਈ, ਕਿਸੇ ਨੂੰ ਲੱਗਿਆ ਕਿ ਸ਼ਾਇਦ ਫਿਲਮ ਦਾ ਹਿੱਸਾ ਹੈ, ਕਿਸੇ ਨੂੰ ਇਹ ਹੀ ਨਹੀਂ ਪਤਾ ਲੱਗਿਆ ਜਨਰੇਟਰ ਦੀ ਆਵਾਜ਼ 'ਚ ਕਿ ਹੋਇਆ ਕੀ ਹੈ। ਪਰ ਜਦੋਂ ਮਨਪ੍ਰੀਤ ਕੌਰ ਨੇ ਚੀਕਾਂ ਮਾਰੀਆਂ ਤਾਂ ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਗੋਲੀ ਚੱਲੀ ਹੈ। ਸਥਿਤੀ ਸਾਂਭੀ ਗਈ, ਮੌਕੇ 'ਤੇ ਪਤਾ ਲੱਗਿਆ ਕਿ ਵਰਿੰਦਰ ਦੇ ਗੋਲੀ ਮਾਰ ਦਿੱਤੀ ਗਈ ਹੈ, ਉਹਨਾਂ ਦੇ ਪਿਛਲੇ ਪਾਸੇ ਗੋਲੀ ਲੱਗੀ ਸੀ ਅਤੇ ਛਾਤੀ ਹੈ ਜਿਹੜੀ ਉਹ ਬੁਰੀ ਤਰ੍ਹਾਂ ਫਟ ਗਈ ਸੀ। ਵਰਿੰਦਰ ਜ਼ਮੀਨ 'ਤੇ ਭੁੰਜੇ ਡਿੱਗੇ ਪਏ ਸੀ, ਮਨਪ੍ਰੀਤ ਕੌਰ ਦੀ ਬਾਂਹ ਦੇ ਵਿੱਚ ਮੋਢੇ 'ਚ ਗੋਲੀ ਲੱਗੀ ਸੀ। ਇਸ ਤੋਂ ਇਲਾਵਾ 2 ਗੋਲੀਆਂ ਲੱਗੀਆਂ ਸੀ ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਦੇ, ਉਹਨਾਂ ਦੀ ਲੱਤ ਦੇ ਵਿੱਚ 2 ਗੋਲੀਆਂ ਲੱਗੀਆਂ ਸੀ। ਇਹਨਾਂ 3 ਲੋਕਾਂ ਨੂੰ ਤੁਰੰਤ ਚੁੱਕਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਵਰਿੰਦਰ ਨੇ ਜਿਹੜੇ ਉਹਨਾਂ ਨੇ ਤਾਂ ਰਸਤੇ 'ਚ ਹੀ ਜਾਂ ਮੌਕੇ 'ਤੇ ਹੀ ਦਮ ਤੋੜਤਾ ਸੀਗਾ। ਜਿਹੜੀ ਮਨਪ੍ਰੀਤ ਕੌਰ ਹੈ ਅਤੇ ਪ੍ਰੀਤਮ ਸਿੰਘ ਭੱਲਾ ਹੈ, ਇਹਨਾਂ ਦਾ ਕਈ ਦਿਨ ਇਲਾਜ ਚੱਲਿਆ। ਅਗਲੇ ਦਿਨ ਵਰਿੰਦਰ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ, ਉਹਨਾਂ ਦੀ ਜਿਹੜੀ ਭਰਜਾਈ ਹੈ ਸੁਨੀਤਾ, ਜਿਹੜੀ ਸਤਪਾਲ ਦੀ ਉਹਨਾਂ ਦੇ ਭਰਾ ਦੀ ਵਾਈਫ ਸੀ, ਉਹ ਉਹਨਾਂ ਦੀ ਡੈੱਡ ਬੋਡੀ ਲੈ ਕੇ ਫਗਵਾੜਾ ਪਹੁੰਚੇ। ਆਰਿਆ ਸਕੂਲ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਅੰਤਿਮ ਦਰਸ਼ਨਾਂ ਦੇ ਲਈ ਰਖਾਈ ਗਈ, ਕਿਉਂਕਿ ਭੀੜ ਬਹੁਤ ਜ਼ਿਆਦਾ ਹੋ ਗਈ ਸੀਗੀ। ਉਸ ਤੋਂ ਬਾਅਦ ਫਗਵਾੜਾ ਦੇ ਵਿੱਚ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵਰਿੰਦਰ ਦਾ ਪਰਿਵਾਰ ਹੈਗਾ ਜਿਹੜਾ, ਉਹਦਾ ਰੋ ਰੋ ਕੇ ਬੁਰਾ ਹਾਲ ਸੀ। ਵਰਿੰਦਰ ਦੀ ਪਤਨੀ ਪੰਮੀ ਵਰਿੰਦਰ, ਉਹਨਾਂ ਦੇ 2 ਮੁੰਡੇ ਰਣਦੀਪ ਆਰਿਆ ਅਤੇ ਰਮਨਦੀਪ ਆਰਿਆ, ਅਤੇ ਉਹਨਾਂ ਦੀ ਧੀ ਮੋਨਿਕਾ ਆਰਿਆ। ਮਾਹੌਲ ਬੜਾ ਗਮਗੀਨ ਸੀ। ਲੋਕਾਂ ਦੇ ਮਕਬੂਲ ਅਦਾਕਾਰ ਵਰਿੰਦਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਨਪ੍ਰੀਤ ਕੌਰ ਜਿਹੜੀ ਫਿਲਮ ਦੀ ਐਕਟਰੈਸ ਸੀਗੀ, ਉਹਨੇ ਉਸ ਤੋਂ ਬਾਅਦ ਉਹ ਪਹਿਲਾਂ ਤਾਂ ਡਿਪਰੈਸ਼ਨ 'ਚ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ ਇੱਕ ਅਦਾਕਾਰ, ਇੱਕ ਐਕਟਰ ਸੂਰਜ ਚੱਡਾ ਦੇ ਨਾਲ ਵਿਆਹ ਕਰਾਇਆ ਅਤੇ ਐਕਟਿੰਗ ਨੂੰ ਅਲਵਿਦਾ ਕਿਹਾ ਸੀ। 2014 ਦੇ ਵਿੱਚ ਮਨਪ੍ਰੀਤ ਕੌਰ ਦਾ ਕੈਂਸਰ ਦੇ ਚਲਦਿਆਂ ਹੀ ਦੇਹਾਂਤ ਹੋ ਗਿਆ। ਕੈਮਰਾਮੈਨ ਪ੍ਰੀਤਮ ਸਿੰਘ ਭੱਲਾ ਠੀਕ ਹੋਣ ਤੋਂ ਬਾਅਦ ਕੰਮ 'ਤੇ ਮੁੜੇ ਅਤੇ 1998 ਤੱਕ ਉਹਨਾਂ ਨੇ ਕੰਮ ਕੀਤਾ। 1998 ਦੇ ਵਿੱਚ ਅਚਾਨਕ ਆਈ ਬਿਮਾਰੀ ਦੇ ਕਰਕੇ ਉਹਨਾਂ ਦਾ ਵੀ ਦੇਹਾਂਤ ਹੋ ਗਿਆ।
ਵਰਿੰਦਰ ਦੇ ਜਾਣ ਤੋਂ ਬਾਅਦ ਵਰਿੰਦਰ ਦੀ ਧਰਮ ਪਤਨੀ ਪੰਮੀ ਵਰਿੰਦਰ ਦੇ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਸੇਟ ਹੈਗੀ ਜਿਹੜੀ ਆਡੀਓ ਕੈਸੇਟ 8 ਗਾਣਿਆਂ ਦੀ ਉਹ ਲਾਂਚ ਕੀਤੀ ਗਈ। ਵਰਿੰਦਰ ਨੂੰ ਯਾਦ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਗਈ। ਵਰਿੰਦਰ ਦੇ ਨਾਂ 'ਤੇ ਇੱਕ ਪਾਰਕ ਅੱਜ ਵੀ ਫਗਵਾੜਾ ਦੇ ਵਿੱਚ ਮੌਜੂਦ ਹੈ। ਪਿੱਛੇ ਜੇ ਵਰਿੰਦਰ ਦੇ ਪੁੱਤਰ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਉਹ ਆਪਣੇ ਪਿਤਾ 'ਤੇ ਇੱਕ ਬਾਇਓਪਿਕ ਬਣਾਉਣ ਜਾ ਰਹੇ ਹੈ, ਪਰ ਇਹ ਪ੍ਰੋਜੈਕਟ ਕਿਤੇ ਨਾ ਕਿਤੇ ਅਟਕ ਗਿਆ, ਇਸ ਕਰਕੇ ਫਿਲਮ ਬਣ ਨਹੀਂ ਸਕੀ। ਹਾਲਾਂਕਿ ਵਰਿੰਦਰ ਦਾ ਕਤਲ ਕਿਸਨੇ ਕੀਤਾ ਇਹ ਪੂਰੀ ਤਰੀਕੇ ਦੇ ਨਾਲ ਸਾਫ਼ ਨਹੀਂ ਹੋ ਪਾਇਆ, ਪਰ ਇਸ ਦੀ ਰਿਸਰਚ ਦੇ ਦੌਰਾਨ ਕਈ ਚੀਜ਼ਾਂ ਸਾਹਮਣੇ ਆਈਆਂ। ਕੁਛ ਜਿਹੜੇ ਪੁਲਿਸ ਸੋਰਸਿਸ ਨੇ ਉਸ ਵੇਲੇ ਦੇ ਉਹਨਾਂ ਦੇ ਮੁਤਾਬਕ ਇਸ ਕਤਲਕਾਂਡ ਦੇ ਵਿੱਚ ਜਾਂ ਇਸ ਜਿਹੜੀ ਗੋਲੀਬਾਰੀ ਦੀ ਘਟਨਾ ਸੀ ਉਹਦੇ 'ਚ ਕਾਬਲ ਸਿੰਘ ਹਿਰਦੇਵਾਲ, ਗੁਰਦੀਪ ਸਿੰਘ ਦੀਪਾ ਹੇਰਾਂ ਅਤੇ ਗੁਰਜੰਟ ਸਿੰਘ ਰਾਜਸਥਾਨੀ ਦਾ ਹੱਥ ਦੱਸਿਆ ਜਾਂਦਾ ਸੀ। ਹਾਲਾਂਕਿ ਕੁਛ ਲੋਕ ਇਹ ਵੀ ਦਾਅਵਾ ਕਰਦੇ ਕਿ ਕਾਬਲ ਸਿੰਘ ਹਿਰਦੇਵਾਲ ਦੇ ਵੱਲੋਂ ਇਹਦੀ ਜ਼ਿੰਮੇਵਾਰੀ ਵੀ ਲਈ ਗਈ ਸੀ, ਪਰ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਹੈਗਾ ਜਿਹੜਾ ਉਹ ਸਾਹਮਣੇ ਨਹੀਂ ਆਇਆ, ਜਿਸ ਕਰਕੇ ਇਸ ਕਲੇਮ ਨੂੰ ਪੱਕਾ ਤਾਂ ਕਿਹਾ ਨਹੀਂ ਜਾ ਸਕਦਾ ਕਿ ਕਾਬਲ ਸਿੰਘ ਹਿਰਦੇਵਾਲ ਨੇ ਇਹਦੀ ਜ਼ਿੰਮੇਵਾਰੀ ਲਈ ਸੀ ਜਾਂ ਨਹੀਂ, ਪਰ ਇਹ 3 ਲੋਕਾਂ ਦਾ ਜਿਹੜਾ ਨਾਮ ਹੈ ਉਹ ਜ਼ਰੂਰ ਸਾਹਮਣੇ ਆਇਆ। ਵਰਿੰਦਰ ਦੇ ਨਾਲ ਕਈ ਤਰ੍ਹਾਂ ਦੇ ਸੰਯੋਗ ਹੈ ਜਿਹੜੇ ਇਸ ਫਿਲਮ ਦੇ ਨਾਲ ਜੁੜੇ ਹੋਏ ਸੀਗੇ। ਵਰਿੰਦਰ ਦੀ ਪਹਿਲੀ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਵੀ ਇਸੇ ਪਿੰਡ ਦੇ ਵਿੱਚ ਹੋਈ ਅਤੇ ਵਰਿੰਦਰ ਦੀ ਆਖਰੀ ਫਿਲਮ ਵੀ ਇੱਥੇ ਹੀ ਸ਼ੂਟ ਹੋਈ। ਇਸ ਤੋਂ ਇਲਾਵਾ ਵਰਿੰਦਰ ਦੇ ਨਾਲ 2 ਹੋਰ ਸੰਯੋਗ ਹੈਗੇ ਜਿਹੜੇ ਉਹ ਬੜੇ ਅਹਿਮ ਸੀ, ਜਿਨ੍ਹਾਂ ਨੂੰ ਵਰਿੰਦਰ ਆਪਣੇ ਲਈ ਚੰਗਾ ਸ਼ਗਨ ਸਮਝਦੇ ਸੀ। ਉਹ ਸੀਗੇ 2 ਨਾਂ, ਕਰਮਾ ਅਤੇ ਜੀਤਾ। ਵਰਿੰਦਰ ਦੀਆਂ 5-6-7 ਫਿਲਮਾਂ ਦੇ ਵਿੱਚ ਉਹਨਾਂ ਦੇ ਕਰੈਕਟਰ ਦਾ ਨਾਂ ਹੈ ਕਰਮਾ ਅਤੇ 10 ਤੋਂ ਜ਼ਿਆਦਾ ਫਿਲਮਾਂ ਦੇ ਵਿੱਚ ਉਹਨਾਂ ਦੇ ਕਰੈਕਟਰ ਦਾ ਨਾਂ ਹੈ ਜੀਤਾ। ਔਰ ਇਹ ਵੀ ਇੱਕ ਸੰਯੋਗ ਹੈ ਕਿ ਜਦੋਂ ਵਰਿੰਦਰ ਨੇ ਆਪਣੇ ਫਿਲਮੀ ਕਰੀਅਰ ਦਾ ਜਾਂ ਪੰਜਾਬੀ ਸਿਨੇਮਾ ਦੇ ਲਈ ਆਪਣੇ ਕਰੀਅਰ ਦਾ ਪਹਿਲਾ ਸ਼ੋਟ ਦਿੱਤਾ ਤਾਂ ਉਦੋਂ ਉਹਨਾਂ ਦੇ ਕਰੈਕਟਰ ਦਾ ਨਾਂ ਸੀ ਜੀਤਾ, ਅਤੇ ਜਦੋਂ ਉਹਨਾਂ ਨੇ ਆਪਣੇ ਕਰੀਅਰ ਦਾ ਆਖਰੀ ਸ਼ੋਟ ਪਰਦੇ 'ਤੇ ਦਿੱਤਾ ਤਾਂ ਉਦੋਂ ਵੀ ਉਹਨਾਂ ਦੇ ਕਰੈਕਟਰ ਦਾ ਨਾਮ ਸੀ ਜੀਤਾ।